ਹੁਣ ਮੈਂ ਤੁਹਾਨੂੰ ਇਹ ਜਿਹੜਾ ਝੂਠ ਪਰੋਸਦੇ ਆ ਵਾਰ ਵਾਰ, ਜਿਨ੍ਹਾਂ ਦਾ ਟਿੱਲ ਦਾ ਜ਼ੋਰ ਲੱਗਿਆ, ਖਾਸ ਕਰ ਵਿਕਰਮਜੀਠੀਏ ਦਾ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇਸ 10-10, 15-15 ਸਾਲ ਸੱਤਾ 'ਚ ਰਹਿ ਕੇ ਕੋਈ ਫੈਕਟ ਵੈਰੀਫਾਈ ਵੀ ਨਹੀਂ ਕਰਦੇ, ਕੋਈ ਪੜ੍ਹਾਈ ਲਿਖਾਈ ਨਹੀਂ ਕਰਦੇ, ਕਿਸ ਕੋਈ ਨਹੀਂ, ਮਤਲਬ ਤੁਸੀਂ ਘੱਟੋ ਘੱਟ ਕਿਸੇ ਇਸ਼ੂ ਬਾਰੇ ਪੂਰੀ ਜਾਣਕਾਰੀ ਤੱਥ 'ਤੇ ਪਤਾ ਕਰ ਲਓ। ਜੋ ਸਵੇਰ ਤੋਂ ਸ਼ੁਰੂ ਹੁੰਦੇ ਆ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਗਾਲਾਂ ਕੱਢੀ ਜਾਣੀਆਂ, ਸਾਡੇ ਨੈਸ਼ਨਲ ਸੁਪਰੀਮੋ ਮਾਣਯੋਗ ਅਰਵਿੰਦ ਕੇਜਰੀਵਾਲ ਜੀ ਨੂੰ, ਬਸ ਇੱਕੋ ਏਜੰਡਾ ਹੈ ਵੀ ਦੋਨਾਂ ਨੂੰ ਸਵੇਰ ਤੋਂ ਉੱਠ ਕੇ ਗਾਲਾਂ ਕੱਢਦੇ ਆ। ਹੁਣ ਜਿਹੜੀ ਦਸੰਬਰ ਦੇ ਮਹੀਨੇ 'ਚ ਬੋਰਡ ਦੀ ਮੀਟਿੰਗ ਹੋਈ, 7-ਮੈਂਬਰੀ ਬੋਰਡ ਹੈ, ਮੈਂ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ, 7-ਮੈਂਬਰੀ ਬੋਰਡ ਹੈ ਜਿਹੜਾ ਗਠਿਤ ਕੀਤਾ ਲੈਫਟੀਨੈਂਟ ਗਵਰਨਰ ਆਫ ਦਿੱਲੀ। ਲੈਫਟੀਨੈਂਟ ਗਵਰਨਰ ਕੌਣ ਹੈ? ਲੈਫਟੀਨੈਂਟ ਗਵਰਨਰ ਉਹ ਹੈ ਜਿਹੜਾ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਗੀਦਾਰ ਰਹੀ, ਹਿੱਸੇਦਾਰ ਰਹੀ ਭਾਜਪਾ ਦਾ ਨੁਮਾਇੰਦਾ। ਭਾਜਪਾ ਦੇ ਨੁਮਾਇੰਦੇ ਲੈਫਟੀਨੈਂਟ ਗਵਰਨਰ ਨੇ 7-ਮੈਂਬਰੀ ਬੋਰਡ ਬਣਾਇਆ ਹੋਇਆ, ਜਿਹਦੇ 'ਚ 6 ਮੈਂਬਰ ਲਗਾਤਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕਰ ਰਹੇ ਆ। ਔਰ ਆਹ ਮਿਨਟਸ ਹੈ ਮੇਰੇ ਕੋਲ ਮੀਟਿੰਗ ਦੇ, ਇਕਲੌਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਗ ਕੈਲਾਸ਼ ਗਹਿਲੋਤ ਜੀ ਨੇ ਇਸ ਮੀਟਿੰਗ 'ਚ ਪੁਰਜ਼ੋਰ ਤਰੀਕੇ ਨਾਲ ਇਹ ਮੰਗ ਕੀਤੀ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਰਿਹਾਅ ਕੀਤਾ ਜਾਵੇ। ਲੇਕਿਨ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਈਵਾਲ ਭਾਜਪਾ ਦੇ ਜਿਹੜੇ ਨੁਮਾਇੰਦੇ ਆ ਉੱਥੇ, ਜਿਹੜੇ ਅਕਾਲੀ ਦਲ ਲੋਕਾਂ ਦੀਆਂ ਅੱਖਾਂ 'ਚ ਧੂੜ ਪਾਉਣ ਨੂੰ ਤੇ ਜ਼ਰੂਰ ਅੱਡ ਹੋਇਆ, ਅੰਡਰ ਦਾ ਟੇਬਲ ਇਕੱਠੇ ਆ ਔਰ ਇੰਨੇ ਮਤਲਬ ਤਰਲੋ ਮੱਛੀ ਹੋਏ ਪਏ ਆ ਕਿ ਮੋਦੀ ਸਾਹਿਬ ਅੱਜ ਇਹਨਾਂ ਨੂੰ ਬੁਲਾਉਣਾ ਅਤੇ ਅੱਜ ਹੀ ਲੰਮੇ ਪੈ ਜਾਣ ਪੈਰਾਂ 'ਚ ਉਹਨਾਂ ਨਾਲ ਫਿਰ ਇਕੱਠੇ ਹੋਣ ਲਈ ਇਲੈਕਸ਼ਨ ਲੜਨ ਦੀ। ਉਸ ਅਕਾਲੀ ਦਲ ਦੀ ਭਾਈਵਾਲ ਭਾਜਪਾ ਜਿਹਦੇ ਪ੍ਰਧਾਨ ਪੰਜਾਬ 'ਚ ਜਾਖੜ ਸਾਹਿਬ ਹੈ, ਉਸ ਭਾਜਪਾ ਦੇ ਨੋਮੀਨੇਟਡ 6 ਮੈਂਬਰਾਂ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕੀਤਾ ਹੈ। ਇਹ ਫੈਕਟ ਆ, ਮੇਰੇ ਕੋਲ ਮਿਨਟਸ ਪਏ ਆ ਮੀਟਿੰਗ ਦੇ। ਹੁਣ ਮੈਂ ਪੁੱਛਣਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਜੀ ਨੂੰ ਔਰ ਵਿਕਰਮ ਮਜੀਠੀਆ ਸਾਹਿਬ ਨੂੰ, ਜਿਨ੍ਹਾਂ ਦਾ ਟਿੱਲ ਦਾ ਜ਼ੋਰ ਇਸ ਗੱਲ 'ਤੇ ਲੱਗਿਆ, ਉਹ ਤੁਸੀਂ ਦੇਖਿਓ ਨਾ, ਇਹ ਵਿਕਰਮ ਮਜੀਠੀਆ ਉਹੀ ਹੈ ਜਿਹੜਾ ਪਹਿਲਾਂ ਲਾਈ ਹੋ ਕੇ ਅੰਮ੍ਰਿਤਪਾਲ ਨੂੰ ਉਹ ਗਾਲਾਂ ਕੱਢੀਆਂ ਇਹਨੇ, ਕਿਉਂਕਿ ਇੱਕ ਇੱਕ ਤਬਕੇ ਨੂੰ ਖੁਸ਼ ਕਰਨਾ ਸੀ। ਜਦੋਂ ਉਹਨਾਂ 'ਤੇ ਕਾਨੂੰਨੀ ਕਾਰਵਾਈ ਹੋ ਗਈ ਤਾਂ ਫਿਰ ਦੂਜੇ ਪਾਸੇ ਹੋ ਗਿਆ ਵਿਕਰਮ ਮਜੀਠੀਆ, ਕਿਉਂਕਿ ਦੂਜੇ ਤਬਕਾ ਨਾਰਾਜ਼ ਹੋ ਗਿਆ। ਸੋ ਇਹਨਾਂ ਦੀ ਇਹ ਬਾਦਲ ਪਰਿਵਾਰ ਦੀ ਰਾਜਨੀਤੀ ਔਰ ਜਿਸ ਬਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਨੂੰ ਅੱਗੇ ਸੰਭਾਲ ਰਹੇ ਆ ਮਜੀਠੀਆ ਸਾਹਿਬ, ਉਹਨਾਂ ਦਾ ਇੱਕੋ ਹੀ ਜ਼ੋਰ ਲੱਗਿਆ ਪਿਆ ਕਿਸੇ ਤਰੀਕੇ ਨਾਲ ਪੰਜਾਬ 'ਚ ਭਾਈਚਾਰੇ 'ਚ ਅੱਗ ਲੱਗੇ, ਲੜਾਈ ਹੋਵੇ, ਝਗੜਾ ਹੋਵੇ, ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢੀਆਂ, ਕਿਸੇ ਤਰੀਕੇ ਨਾਲ ਅਸੀਂ ਸੱਤਾ 'ਚ ਆ ਜਾਈਏ। ਔਰ ਇਹ ਲੋਕ ਉਹ ਲੋਕ ਹੈ ਪੰਜਾਬ ਦੇ ਵੀਰੋ, ਇਹੀ ਜਦੋਂ ਸੱਤਾ ਸੀ 15 ਸਾਲ ਇਹ ਪੰਜਾਬ 'ਚ ਰਹੇ, ਅਟਲ ਬਿਹਾਰੀ ਵਾਜਪੇਈ ਦੇ ਕੈਬਨਿਟ 'ਚ ਕੁਲੀਗ ਰਹੇ ਔਰ ਹਰਸਿਮਰਤ ਬਾਦਲ ਜੀ ਅਤੇ ਹੁਣ ਮੋਦੀ ਸਾਹਿਬ ਦੇ ਨਾਲ ਵੀ ਰਹੇ, ਇਹਨਾਂ ਨੇ ਹਮੇਸ਼ਾ ਬੰਦੀ ਸਿੰਘਾਂ ਦੀ ਰਿਹਾਈ ਦੀ ਵਿਰੋਧਤਾ ਕੀਤੀ ਹੈ। ਔਰ ਸੁਖਬੀਰ ਬਾਦਲ ਜੀ ਦੀ ਤਾਂ ਉਹ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਆ ਜਿਹਦੇ 'ਚ ਉਹ ਕਹਿ ਰਹੇ ਲਗਾਤਾਰ ਇਹ ਅੱਤਵਾਦੀ ਹੈ। ਜਦੋਂ ਉੱਥੇ ਬੁਲਾਇਆ ਗਿਆ ਸੀ ਸਰਬੱਤ ਖਾਲਸਾ ਤਰਨ ਤਾਰਨ, ਉਸ ਸਰਬੱਤ ਖਾਲਸੇ 'ਤੇ ਪਹਿਲੀ ਪ੍ਰਤੀਕਿਰਿਆ ਸੁਖਬੀਰ ਬਾਦਲ ਜੀ ਦੀ ਉਹ ਸੀ ਕਿ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੂੰ ਕਹਿ ਰਹੇ ਸਾਰੇ ਅੱਤਵਾਦੀ ਹੈ, ਅਤੇ ਅੱਜ ਜਦੋਂ ਸੱਤਾ ਤੋਂ ਬਾਹਰ ਹੋ ਗਏ ਅਤੇ ਅੱਜ ਕਿਸ ਤਰੀਕੇ ਨਾਲ ਝੂਠ ਪਰੋਸ ਰਹੇ ਆ, ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਪੰਜਾਬ 'ਚ ਅੱਗ ਲਾਉਣਾ ਚਾਹੁੰਦੇ ਆ,
ਪੰਜਾਬ ਦੇ ਲੋਕਾਂ ਅੱਗੇ ਇੱਕ ਝੂਠਾ ਹਮਦਰਦੀ ਲੈਣ ਵਾਸਤੇ ਝੂਠਾ ਇੱਕ ਪ੍ਰੋਪਾਗੈਂਡਾ। ਅਖੇ ਜੀ ਆਮ ਆਦਮੀ ਪਾਰਟੀ ਦਵਿੰਦਰਪਾਲ ਭੁੱਲਰ ਸਾਹਿਬ ਦੀ ਰਿਹਾਈ ਨਹੀਂ ਹੋਣ ਦੇ ਰਹੀ। ਆ ਮਿਨਟਸ ਪਏ ਉਸ ਮੀਟਿੰਗ ਦੀ ਜਿਹੜੀ ਦਸੰਬਰ ਦੇ ਮਹੀਨੇ 'ਚ ਹੋਈ, ਉਹਦੇ 'ਚ ਸਪਸ਼ਟ ਹੈ ਕਿ ਇਕਲੌਤੀ ਓਨਲੀ ਵਨ ਪਰਸਨ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੀ ਕੈਬਨਿਟ ਦੇ ਅਹਿਮ ਹਿੱਸਾ ਹੈ ਕੈਲਾਸ਼ ਗਹਿਲੋਤ ਜੀ, ਜਿਹੜੇ ਜੇਲ੍ਹ ਮੰਤਰੀ ਹੈ, ਉਹਨਾਂ ਨੇ ਇਸ ਗੱਲ ਦਾ ਪੁਰਜ਼ੋਰ ਮੰਗ ਕੀਤੀ ਕਿ ਪ੍ਰੋਫੈਸਰ ਸਾਹਿਬ ਦੀ ਸਜ਼ਾ ਵੀ ਪੂਰੀ ਹੋ ਗਈ ਆ, ਪ੍ਰੋਫੈਸਰ ਸਾਹਿਬ ਦੀ ਸਿਹਤ ਵੀ ਠੀਕ ਨਹੀਂ ਹੈ, ਔਰ ਪ੍ਰੋਫੈਸਰ ਸਾਹਿਬ ਦੇ ਹੋਮ ਟਾਊਨ ਦੀ ਪੁਲਿਸ ਨੇ ਵੀ ਕਲੀਅਰੈਂਸ ਦਿੱਤੀ ਆ ਕਿ ਇਹਨਾਂ ਨੂੰ ਛੱਡਿਆ ਜਾਵੇ। ਲੇਕਿਨ ਬੀਜੇਪੀ ਲੈਫਟੀਨੈਂਟ ਗਵਰਨਰ ਦੇ ਨੋਮੀਨੇਟਡ 6 ਮੈਂਬਰਾਂ ਨੇ ਵਿਰੋਧਤਾ ਕੀਤੀ, ਜਿਹੜੀ ਬੀਜੇਪੀ ਨਾਲ ਗੱਲਵੱਕੜੀ ਅਕਾਲੀ ਦਲ ਹਮੇਸ਼ਾ ਰਿਹਾ ਅਤੇ ਆਉਣ ਵਾਲੇ ਟਾਈਮ 'ਚ ਹੀ ਰਹੂਗਾ। ਹੁਣ ਮੇਰਾ ਸਵਾਲ ਹੈ ਸੁਖਬੀਰ ਸਿੰਘ ਬਾਦਲ ਜੀ ਨੂੰ ਔਰ ਵਿਕਰਮ ਜੀਠੀਆ ਸਾਹਿਬ ਨੂੰ ਕਿ ਕੀ ਤੁਸੀਂ ਮੋਦੀ ਸਾਹਿਬ ਦੇ ਅੱਗੇ ਜਾ ਕੇ ਜਿਹੜੇ ਉਹ ਬੋਰਡ ਦੇ ਮੈਂਬਰ ਹੈ ਜਿਨ੍ਹਾਂ ਨੇ ਵਿਰੋਧਤਾ ਕੀਤੀ, ਆ ਮਿਨਟਸ ਪਏ ਆ ਤੁਹਾਡੇ ਸਾਹਮਣੇ, ਕਿਆ ਉਹ ਬੋਰਡ ਦੇ ਮੈਂਬਰ ਬਦਲਾਉਣ ਲਈ ਕੋਈ ਐਜੀਟੇਸ਼ਨ, ਕੋਈ ਧਰਨਾ ਪ੍ਰਦਰਸ਼ਨ ਕਰੂੰਗੇ? ਕਿਆ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜ਼ਬਾਨ ਜਿਸ ਤਰੀਕੇ ਨਾਲ ਇਹ ਗਾਲਾਂ ਕੱਢਦੇ ਆ ਮਾਨ ਸਾਹਿਬ ਨੂੰ, ਅਰਵਿੰਦ ਕੇਜਰੀਵਾਲ ਜੀ ਨੂੰ, ਲਗਾਤਾਰ ਇੱਕ ਸ਼ਬਦ ਵੀ ਮੋਦੀ ਸਾਹਿਬ ਦੇ ਖਿਲਾਫ਼ ਬੋਲ ਕੇ ਦਿਖਾਉਣਗੇ, ਹਿੰਮਤ ਹੈਗੀ ਇਹਨਾਂ 'ਚ? ਲੇਕਿਨ ਇਹ ਤੁਹਾਡਾ, ਜੇ ਤੁਸੀਂ ਸੋਚਦੇ ਹੋਣਗੇ ਪੰਜਾਬ ਦੇ ਲੋਕ ਤੁਹਾਡੇ ਇਸ ਭੁਲੇਖੇ 'ਚ ਆ ਜਾਣਗੇ, ਤੁਹਾਡਾ ਦੋਗਲਾ ਤੇ ਦੋਹਰਾ ਚਿਹਰਾ ਪੰਜਾਬ ਦੇ ਲੋਕਾਂ ਨੇ ਅਸਲੀ ਤਰੀਕੇ ਨਾਲ ਵੇਖ ਲਿਆ। Subscribe to One India channel and never miss an update.